ਵਾਰਡ ਨੰਬਰ 11 ਦੀ ਆ ਅੱਜ ਤੁਸੀਂ ਕਿਉਂ ਅਕਾਲੀ ਦਲ ਸ਼ਾਮਿਲ ਹੋਏ ਅਕਾਲੀ ਦਲ ਚ ਅਸੀਂ ਤਾਂ ਕਿ ਸ਼ਾਮਿਲ ਹੋਏ ਮੈਂ 2005 ਦੀ ਕੰਮ ਕਰਦੀ ਪਈ ਆ ਅਕਾਲੀ ਦਲ ਚ ਤੇ ਬੀਜੇਪੀ ਚ ਹੀ ਕਰਦੀ ਰਹੀ ਸੀ ਕਿਉਂਕਿ ਜਦੋਂ ਇਕੱਠੇ ਗੱਠ ਬੰਦਨ ਇਹਨਾਂ ਦਾ ਹੋਇਆ ਸੀ ਮੈਂ ਉਦੋਂ ਦੀ ਕੰਮ ਕਰਦੀ ਪਈ ਆ ਮੈਂ ਬੀਜੇਪੀ ਨੂੰ ਇਸ ਵਾਸਤੇ ਛੱਡਣ ਦੀ ਆ ਕਿ ਵੇਖੋ ਕਈਆਂ ਦੀਆਂ ਲੋੜਾਂਮੰਦ ਮੈਂ ਬਾਹਰ ਨਿਕਲੀ ਆ ਮੈਨੂੰ ਪਤਾ ਲੱਗਾ ਕਿ ਲੋਕਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਇਸ ਕਰਕੇ ਸਾਰਿਆਂ ਨੇ ਮੈਨੂੰ ਅੱਗੇ ਲਿਆਂਦਾ ਮੇਰੀਆਂ ਭੈਣਾਂ ਨੇ ਕਿ ਜਿੱਦਾਂ ਕਿ ਇਹਨੂੰ 10 ਐਨਐਚਆਰ ਦੀਆਂ ਗਰੰਟਾਂ ਦਿੰਦੇ ਆਏ ਆ ਉਹ ਕਿਸੇ ਨੂੰ ਮਿਲੀਆਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਮਿਲੀਆਂ ਚਾਹੀਦੀਆਂ ਉਹਨਾਂ ਨੂੰ ਨਹੀਂ ਮਿਲੀਆਂ ਜਿਨ੍ਹਾਂ ਨੂੰ ਮਿਲੀਆਂ ਦੋ ਵਾਰੀ ਮਿਲੀ ਦੀਆਂ ਇਹਨਾਂ ਦਾ ਸਾਰਾ ਕੰਮ ਵੇਖ ਕੇ ਅਸੀਂ ਇਸ ਕਰਕੇ ਇਹਨਾਂ ਦੇ ਵਿੱਚ ਸ਼ਾਮਿਲ ਹੋਏ ਹਾਂ ਇਹਨਾਂ ਨੇ ਪਲਾਟ ਵੀ ਦਿੱਤੇ ਆ ਇਹਨਾਂ ਨੇ ਕੱਚੇ ਆ ਘਰਾਂ ਵਾਲਿਆਂ ਨੂੰ ਪੈਸੇ ਵੀ ਦਿੱਤੇ ਜਿਨ੍ਹਾਂ ਨੂੰ ਵੀ ਲੋੜ ਪਈ ਹੈ ਇਹਨਾਂ ਨੇ ਲੋੜ ਪੂਰੀ ਕੀਤੀ ਹੈ ਇਸ ਕਰਕੇ ਮੈਂ ਇਸ ਪਾਲਟੀ ਨੂੰ ਜੁਆਇਨ ਕੀਤਾ ਜੋ ਮੈਨੂੰ ਹੁਕਮ ਹੋਏਗਾ ਮੈਂ ਉਹ ਵੀ ਕੰਮ ਕਰਾਂਗਾ ਇਹ ਗੁਰਦਾਸਪੁਰ ਸਾਹਿਬ ਸ਼ਹਿਰ ਦੇ ਵਿੱਚ ਵਾਰਡ ਨੰਬਰ 11 ਵਿੱਚ ਇਹ ਕਾਂਗਰਸ ਦੇ ਬੀਜੇਪੀ ਨੂੰ ਛੱਡ ਕੇ ਇਹ ਮਹਿਲਾ ਮੋਰਚਾ ਦੀ ਇਹ ਦਿਸ਼ਾ ਜਿਹੜੀ ਇਹ ਪ੍ਰਧਾਨ ਆ ਇਹਨਾਂ ਬੀਜੇਪੀ ਅਤੇ ਕਾਂਗਰਸ ਨੂੰ ਛੱਡ ਕੇ ਸਾਰੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜਿਹੜੇ ਪਿਛੇ 10 ਸਾਲ ਸੇਵਾ ਕੀਤੀ ਅਤੇ ਪਹਿਲਾਂ ਹੀ ਬਾਦਲ ਸਾਹਿਬ ਨੇ ਮੁੱਖ ਮੰਤਰੀ ਹੁੰਦੇ ਆ ਜੋ ਪੰਜਾਬ ਦੇ ਹਿੱਤ ਦੀ ਅਤੇ ਗਰੀਬ ਮਜ਼ਦੂਰਾਂ ਵਾਸਤੇ ਸਕੀਮਾਂ ਚਲਾਈਆਂ ਸਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਬੀਜੇਪੀ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਸਮਰਥਨ ਕਰਨ ਦਾ ਜਿਹੜਾ ਸਾਰਿਆਂ ਨੇ ਸਾਡੇ ਨਾਲ ਵਾਅਦਾ ਕੀਤਾ ਆ ਅਤੇ ਸਾਡੇ ਕੋਲ ਸਰੋਪੇ ਇਹਨਾਂ ਪਵਾਏ ਨੇ ਔਰ ਇਹਨਾਂ ਵਿਸ਼ਵਾਸ ਦਿਵਾਇਆ ਕਿਹੜੀਆਂ 2022 ਵਿੱਚ ਚੋਣਾਂ ਹੋਣਗੀਆਂ ਉਹਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਕਾਮਯਾਬ ਕਰਾਂਗੇ ਔਰ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਦੋਂ ਬਣਨਗੇ ਔਰ ਉਹ ਦੁਬਾਰਾ ਜਿਹੜੀਆਂ ਕਾਂਗਰਸ ਨੇ ਸਕੀਮਾਂ ਬੰਦ ਕੀਤੀਆਂ ਨੇ ਉਹ ਦੁਬਾਰਾ ਚਲਾਉਣਗੇ ਕਿਉਂਕਿ ਮੈਂ ਪਹਿਲਾਂ ਬਾਦਲ ਸਾਹਿਬ ਕੋਲ ਲਿਆ ਕੇ ਆਪਣੇ ਗੁਰਦਾਸਪੁਰ ਸ਼ਹਿਰ ਵਿੱਚ 4.5 ਕਰੋੜ ਰੁਪਈਆ ਗਰੀਬ ਮਜ਼ਦੂਰਾਂ ਦੇ ਮਕਾਨ ਬਣਾਉਣ ਵਾਸਤੇ ਅਤੇ ਰਿਪੇਅਰ ਕਰਨ ਵਾਸਤੇ ਚੈੱਕ ਵੰਡੇ ਸਨ ਔਰ ਇਸੇ ਤਰ੍ਹਾਂ ਹੀ ਇੱਥੇ ਹਰਦੋਸ਼ਨੀਆ ਰੋਡ 'ਤੇ ਇੱਕ ਬੇਘਰੇ ਮਜ਼ਦੂਰ ਜਿਹੜੇ ਕਿਰਾਏਦਾਰ ਸਨ ਜਿਨ੍ਹਾਂ ਕੋਲ ਮਕਾਨ ਨਹੀਂ ਸੀ 450 ਲੋਕਾਂ ਨੂੰ ਪਲਾਟ ਦਿੱਤੇ ਸਨ ਅਤੇ ਕਾਂਗਰਸ ਵਾਲਿਆਂ ਨੇ ਵਾਅਦੇ ਕੀਤੇ ਫਾਰਮ ਵੀ ਭਰੇ ਨਾ ਕੋਈ ਪਲਾਟ ਦੇ ਸਕੇ ਔਰ ਨਾ ਕੋਈ ਕੱਚੇ ਕੋਠੇ ਨੂੰ ਪੱਕੇ ਕਰਨ ਲਈ ਔਰ ਰਿਪੇਅਰ ਕਰਨ ਲਈ ਗ੍ਰਾਂਟ ਦੇ ਸਕੇ ਸੋ ਸਾਡੇ ਪਿਛਲੇ ਕੰਮਾਂ ਤੋਂ ਇਹ ਪ੍ਰਭਾਵਿਤ ਹੋ ਕੇ ਇਹ ਅੱਜ ਤਕਰੀਬਨ ਕੋਈ 60-70 ਪਰਿਵਾਰ ਨੇ 11 ਨੰਬਰ ਵਾਰਡ 'ਚੋਂ ਅਤੇ ਨਾਲ ਲੱਗਦੇ ਇੱਕ ਹੋਰ ਵਾਰਡ 'ਚੋਂ ਇਹ ਬੀਬੀਆਂ ਜਿਹੜੀਆਂ ਆਈਆਂ ਨੇ ਮੈਂ ਇਹਨੂੰ ਜੀ ਐਂ ਕਹਿੰਦਾ ਔਰ ਮੈਂ ਇਸ ਗੱਲ ਦਾ ਵਿਸ਼ਵਾਸ ਦਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਹਨਾਂ ਦਾ ਪੂਰਾ ਸਤਿਕਾਰਮਣ ਹੋਏਗਾ ਔਰ ਜਿਹੜੀਆਂ ਭਾਵਨਾਵਾਂ ਨਾਲ ਇਹ ਆਈਆਂ ਨੇ ਉਹ ਸਾਰੇ ਕੰਮ ਜਿਹੜੇ ਨੇ ਉਹ ਅਸੀਂ ਕਰਾਂਗੇ ਚਾਹੇ ਕੋਈ ਨੀਲੇ ਕਾਰਡ ਕੱਟੇ ਗਏ ਨੇ ਕੋਈ ਨਵੇਂ ਬਣਾਉਣ ਵਾਲੇ ਨੇ ਚਾਹੇ ਕੋਈ ਮਕਾਨ ਕੱਚੇ ਪੱਕੇ ਬਣਾਉਣ ਵਾਲੇ ਨੇ ਚਾਹੇ ਕੋਈ ਪਲਾਟ ਦੇਣ ਵਾਲੇ ਨੇ ਉਹ ਸਾਰੇ ਕੰਮ ਜਿਹੜੇ ਅਸੀਂ ਕਰਾਂਗੇ ਔਰ ਇਹਨਾਂ ਦਾ ਮੈਂ ਧੰਨਵਾਦ ਕਰਨਾ ਕਿ ਇਹਨਾਂ ਸਾਡੇ 'ਤੇ ਵਿਸ਼ਵਾਸ ਕੀਤਾ ਪਹਿਲੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ ਪਿਓਰ ਵਾਟਰ ਹੈਲਥੀ ਲਾਈਫ ਐਨਜੀਓ ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋ ਮਜਾਰਾ ਰਾਣੂਆ ਤੋਂ ਸ਼ੁਰੂ ਐਨਆਰਆਈ ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਇਡ ਪੇਟ ਗੈਸ ਪੀਲੀਆ ਜੋੜਾਂ ਦਾ ਦਰਦ ਕਬਜ ਬੁਖਾਰ ਤੇ ਕੈਂਸਰ ਤੋਂ ਬਚਾਈਏ ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 70098073 ਅਤੇ ਰਘੁਵੀਰ ਸਿੰਘ ਆਸਟ੍ਰੇਲੀਆ 042 67 59 463